ਨਹੀਂ ਠੀਕ ਹੈ ਔਰ ਉਸਤਾਦ ਉਸਤਾਦ ਹੋਣਨ ਤੇ ਕੋ ਤਾਂ ਚਾਹੀਦਾ ਹੈ ਕਿ ਤੂੰ ਦਾ ਇੱਕ ਯਕੀਨ ਕਰੇ ਸਹੀ ਕਿ ਅੱਲਾਹ ਪਾਕ ਨੇ ਤੇ ਕੋ ਜਰਾ ਮਕਾਮ ਦਿੱਤੇ ਨਾ ਤੂੰ ਕੁਝ ਵੀ ਨਾ ਕਰੇ ਨਾ ਤੂੰ ਇੱਕ ਦਫ਼ਤਰ ਬਣਾ ਕੇ ਬਹਿ ਵਜੇ ਨਾ ਤੇ ਤੂੰ ਛੋਟੇ ਮੋਟੇ YouTube ਰੰਦੇ ਮਸਲੇ ਵੀ ਸੁਲਝਾਵੇਂ ਨਾ ਠੀਕ ਹੈ ਤੂੰ ਪੈਸੇ ਗਿਣ ਗਿਆ ਮਸਲਾ ਕਹਿ ਨਹੀਂ ਤੂੰ ਠੀਕ ਹੈ ਕੋਈ ਬੰਦਾ ਕੰਮ ਕਰੇਂਦੇ ਉਹਦੀ ਕੋ ਮਿਹਨਤ ਮਿਲਣੀ ਚਾਹੀਦੀ ਹੈ ਤੂੰ ਬੇਲੇ ਸ਼ੱਕ ਪੈਸੇ ਗਿਣ ਗਿਆ ਹਰ YouTube ਪਰ ਪੈਸੇ ਗਿੰਦੇ ਕਿ ਤੂੰ ਨਹੀਂ ਗਿੰਦਾ ਹਰ ਬੰਦਾ ਪੈਸੇ ਗਿੰਦੇ ਠੀਕ ਹੈ ਤਾਂ ਇਹਦੇ ਕੋਈ ਗਲਤ ਗੱਲ ਨਹੀਂ ਤੂੰ ਪਹਿਲੇ ਸ਼ੱਕ ਪੈਸੇ ਗਿਣ ਲੈ ਕੇ ਇੱਕ ਬੰਦਾ ਤੇਰੇ ਕੋਲ ਆਂਦੇ ਉਹ ਬੰਦੇ ਦਾ ਮਸਲਾ ਸੁਣ ਉਹ ਬੰਦੇ ਦਾ ਮਸਲਾ ਹੱਲ ਕਰ ਠੀਕ ਹੈ ਇੱਕ ਅਲੱਪਾਗ ਨੇ ਤੇ ਕੋਈ ਇਲਮ ਦਿੱਤੇ ਉਹ ਇਲਮ ਕੋ ਬੰਦਾ ਉਹ ਕੋ ਤਕਸੀਮ ਕਰਗਾ ਨਾ ਕਿ ਤੂੰ ਛੋਟੇ ਯੂਟਿਊਬਰਾਂ ਕਰੇ ਨਫਰਤ ਕਰ ਠੀਕ ਹੈ ਤਾਂ ਮੈਂ ਤੇ ਕੋ ਇਹ ਯਾਦ ਜੁਲਸਾ ਅਸਲਾਮੁਅਲੈਕਮ ਜਨਾਬ ਕੀ ਹਾਲ ਹੈ ਉਮੀਦ ਕਰਦਾ ਸਾਰਾ ਠੀਕ ਹੋ ਸੋ ਜਨਾਬ ਮੈਂ ਹਰਾਨਾ ਸਾਹਿਬ ਤੂੰ ਸਾਂ ਦਿੱਤੇ ਪਏ ਸਾਡਾ ਯੂਟਿਊਬ ਚੈਨਲ ਯਾਰ ਨਿਕਮ ਅੱਛਾ ਵੀਰ ਗਾਲੀ ਵਿੱਚ ਕਹਾਈਦੀ ਵੀਡੀਓ ਸ਼ੁਰੂ ਕਰਾਂ ਤੋਂ ਪਹਿਲੇ ਤੁਸਾਂ ਕੋ ਭਰਾਵਾਂ ਦੇ ਕੋ ਮੇਰੀ ਹਮੇਸ਼ਾ ਇੰਤਿਹਾਈ ਗੁਜ਼ਾਰਿਸ਼ੀ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਮੇਡੀ ਹੌਸਲਾ ਵਧੀ ਠੀਂਦੀ ਹੈ ਔਰ ਮੈਨੂੰ ਖੁਸ਼ੀ ਮਿਲਦੀ ਹੈ ਕਿ ਮੈਨੇ ਕਈ ਬਰਾ ਨੇ ਮੈਨੂੰ ਜਰਨ ਲਾਈਕ ਕੀਤੇ ਪਸੰਦ ਕੀਤੇ ਤੇ ਅੱਜ ਦਾ ਕਿਰਨੇ ਮਜ਼ੇਦਾਰ ਵੀਲੋਗ ਸ਼ੁਰੂ ਅੱਜ ਦਾ ਵੀਲੋਗ ਹੀ ਮੈਂ ਕਿ ਜਨਾਬ ਮੈਂ ਅੱਜ ਦਾ ਵੀਲੋਗ ਬਣਾਇਆ ਪਿਆ ਆ ਵੇਲਾ ਮੁੰਡਾ ਤੇ ਉਮਰ ਸ਼ੇਖ ਤੇ ਹਵਾਲੇ ਨਾਲ ਕਿ ਜਿਵੇਂ ਕਿ ਤੁਹਾਨੂੰ ਪਤਾ ਹੋਸੀ ਕਿ ਅੱਜ ਤੂੰ ਤਕਰੀਬਨ ਕੋਈ 4-5 ਦਿਨਾਂ ਤੋਂ ਮੁਸਲਸਲ ਸੋਸ਼ਲ ਮੀਡੀਆ ਤੇ ਤੇ ਇੱਕ ਗੱਲ بار بار ਦੁਹਾਈ ਵਹਿੰਦੀ ਪਈ ਹੈ ਉਹ ਇਹ ਹੈ ਕਿ ਵੇਲਾ ਮੁੰਡਾ ਤੇ ਉਮਰ ਸ਼ੇਖ ਦੀ ਕੋਈ ਆਪਾਤ ਹੈ ਚ ਉਹਨਾਂ ਦੀ ਕੋਈ ਖਟਪਟ ਥੀ ਗਈ ਹੈ ਲੜਾਈ تھی ਕੀ اور ਲੜਾਈ ਦੇ ਵਿੱਚ ਜਿਹੜਾ ਨਾ ਉਹ ਇੱਕ ਬੇਤੇ ਉਤੇ ਇਲزام ਤਰਾਸ਼ਾ ਤੇ ਕੋਈ ਕਿਹੜੀ ਗੱਲ ਕਰਦਾ ਪਏ ਕੋਈ ਕਿਹੜੀ ਗੱਲ ਕਰਦਾ ਪਏ ਕੋਈ ਆਦੇ ਵੇਲਾ ਮੁੰਡਾ ਗੱਲਾਂ ਤੇ ਤੇ ਉਮਰ ਸ਼ੇਖ ਸਹੀ ਹੈ ਤੇ ਕੋਈ ਆਦੇ ਉਮਰ ਸ਼ੇਖ ਗੱਲਾਂ ਤੇ ਤੇ ਵੇਲਾ ਮੁੰਡਾ ਸਹੀ ਹੈ ਬਹਰਾਲ ਮੈਂ ਵੀ ਦੋਹਾਂ ਦੇ ਵੀਡੀਓ ਸੁਣੇ ਮੀ ਦੋਹਾਂ ਦੇ ਵੀਡੀਓ ਦਿੱਠੇ ਮੀ ਔਰ ਦੋਹਾਂ ਦਾ ਵੀਡੀਓ ਦੇਖ ਕੇ ਮੈਂ ਤਾਂ ਭਾਈ ਆਪਣਾ ਨਤੀਜ ਇਨ ਨਤੀਜੇ ਤੱਕ ਪਹੁੰਚਾ ਕਿ ਮੈਂ ਤਾਂ ਇਨ ਦੋਹਾਂ ਨੂੰ ਇੱਕ مشورہ ਦੇਸਾਂ ਮੈਂ ਆਪਣੇ ਤੌਰ ਤੇ ਇੱਕ مشورہ ਕੁ ਵੀ ਤੇ ਨਾਲੇ ਵੇਲਾ ਮੁੰਡਾ ਕੁ ਵੀ ਕਿ ਤੁਸੀਂ ਮਿਹਰਬਾਨੀ ਕਰੋ ਯਾਰ ਬੈ ਕੇ ਤੁਸੀਂ ਜਿਹੜੀ ਇਹ ਉਲਝਣ ਹੈ ਇਹ ਤੁਸੀਂ ਆਪ ਬੈ ਕੇ ਸੁਲਝਾਓ ਤਾਂ ਬਿਹਤਰ ਹੈ ਕਿਉਂ ਤੁਸੀਂ ਜਿਸ ਟਾਈਮ ਦੋਸਤੀ ਕੀਤੀ ਹੈ ਉਹ ਟਾਈਮ ਦੋਸਤੀ ਜਿਸ ਟਾਈਮ ਤੁਸੀਂ ਕੀਤੀ ਹੈ ਉਹ ਟਾਈਮ ਕਹੀਂ ਬੰਦੇ ਕੋ ਪਤਾ ਕਹਿਣਾ ਆਈ ਕਿ ਤੁਸੀਂ ਜਿਸ ਟਾਈਮ ਇੱਕ ਬੇਨਾ ਮੁਸਾਫਾ ਕੀਤਾ ਹੀ ਹੱਥ ਮਿਲਾਇਆ ਹੀ ਠੀਕ ਹੈ ਦੋਸਤੀ ਦਾ ਤਾਂ ਉਹ ਟਾਈਮ ਤੁਸੀਂ ਇਹ ਪੈਗਾਮ ਦਿੱਤਾ ਕਿ ਸਾਹ ਆਪਾਂ ਦੇ ਦੋਸਤ ਹੈ ਔਰ ਇੱਕ ਦੂਜੇ ਦਾ ਬੜਾ ਖਿਆਲ ਕਰਦੇ ਆ ਤੁਸੀਂ ਇਹਦੇ ਕੋਈ ਸ਼ੱਕ ਨਹੀਂ ਤੇ ਜਿਸ ਟਾਈਮ ਮਲਤਾਨ ਵੇਂਦਾ ਹੀ ਵੇਲਾ ਮੁੰਡਾ ਤਾ عمر شیخ ਵੀ ਵੈਲਕਮ ਕਰੰਦਾ ਆਈ ਔਰ ਜਿਸ ਟਾਈਮ ਵੇਲਾ ਮੁੰਡੇ ਦੇ ਕੋਲ عمر شیخ ਵੇ ਨਹੀਂ ਤਾਂ ਬੇਲਾ ਮੁੰਡਾ ਵੀ ਵੈਲਕਮ ਕਰੰਦਾ ਆਈ ਤਾਂ ਅਚਾਨਕ ਤੁਹਾਡੀ ਦੋਸਤੀ ਦੇ ਵਿੱਚ ਕੀ ਆਈ ਹੋਣੀ ਹੈ ਸੀਨਾ ਕੇ ਜਿਹੜੀ ਵਜ੍ਹਾ ਤੋਂ ਤੁਸੀਂ ਜਰਨਾ ਇੱਕ ਵੀ ਤੂੰ ਖਫਾ થઈ ਗਏ ਔਰ ਅੱਜ ਜਿਹੜਾ ਨਾ ਇੱਕ ਦੂਜੇ تنਕੀਦ ਦਾ ਨਿਸ਼ਾਨਾ ਬਣ ਗਏ ਤੇ ਮੇਰਾ ਭਾਈ ਛੋਟੇ ਛੋਟੇ ਗਾਲੀ ਦੇ ਉੱਤੇ ਇਨਸਾਨ ਕੋ ਇਹ ਨਹੀਂ ਕਰਨਾ ਚਾਹੀਦਾ ਤੇ ਛੋਟੇ ਮੋਟੇ ਤਾਂ ਲੜਾਈਆਂ ਤੇ ਛੋਟੇ ਮੋਟੇ ਗਾਲੀ ਥੀ ਮੇਜਰਾਂ ਨੇ ਦੋਸਤੀ ਦੇ ਵਿੱਚ ਔਰ ਇਹ ਵੀ ਅੱਛੇ ਦੋਸਤੀ ਇੱਕ ਪਹਿਚਾਨ ਹੈ ਕਿ ਛੋਟੀ ਮੋਟੀ ਗਲਤੀ ਕੋ ਜਾਂ ਕੋਈ ਜੀ ਦੋਸਤ ਅੰਦਰ ਖਾਮੀ ਹੋਵੇ ਤਾਂ ਕੋ ਨਜ਼ਰ ਅੰਦਾਜ਼ ਕਰ ਦੇਵੇ ਕਿਉਂਕਿ ਅਸਾਂ ਜਿਹੜੇ ਖਾਸ ਤੌਰ ਤੇ ਸੰਜਰੀ ਪਾਕਿਸਤਾਨੀ ਆਵਾਮ ਹੈ ਨਾ ਸਾਡੇ ਅੰਦਰ ਇੱਕ ਚੀਜ਼ ਹੈ ਖਾਸ ਤੌਰ ਤੇ ਸਾ ਕੋ ਕੋਈ ਜੀ ਗਾਲ ਸੁਣਨ ਕੋ ਮਿਲ ਵਈਆਂ ਨਾ ਕਹਿੰਦੇ ਬਾਰੇ ਤਾਂ ਤਨਕੀਦ ਕਰਨ ਤੋਂ ਪਿੱਛੇ ਬਸ ਹੈ ਅਸਾਂ ਤਨਕੀਦ ਕਰਨ ਦੇ ਪਹਿਲੇ ਨੰਬਰ ਤੇ ਸਾ ਕੋ ਕਈ ਚੀਜ਼ ਦਾ ਇਲਮ ਨਹੀਂ ਹੁੰਦਾ ਸਾ ਕੋ ਕਈ ਚੀਜ਼ ਦਾ ਸਬੂਤ ਨਹੀਂ ਹੁੰਦਾ ਸਾਡੇ ਕਿਨੇ ਕਿ ਯਾਰ ਅਸਲ ਹਕੀਕਤ ਇਹਨਾਂ ਦੀ ਕਿਆ ਹੈ ਇਹਨਾਂ ਦੇ ਅੰਦਰ ਦੀ ਕਹਾਣੀ ਕਿਆ ਹੈ ਔਰ ਕਿਹੜੀ ਵਜ੍ਹਾ ਤੋਂ ਲੜੇਨ ਜਾਂ ਇਹਨਾਂ ਕੋ ਅਸਾਂ ਬੈ ਕੇ ਸਮਝਾਉ مشورہ ਦੇਉ ਕਿ ਯਾਰ ਤੁਸੀਂ ਆਪਸ ਵਿੱਚ ਸੁਲਹ ਕਰ ਗਿਨੋ ਠੀਕ ਹੈ ਨਾ ਕਿ ਤਨਕੀਦ ਕਰਨ ਤੋਂ ਬਿਹਤਰ ਹੈ ਯਾਰ ਅਸਾਂ ਇੱਕ ਬੇ ਕੋ ਗੰਦਾ ਕਰਨ ਤੋਂ ਬਿਹਤਰ ਹੈ ਕਿ ਅਸਾਂ ਯਾਰ ਉਹ ਬੰਦੇ ਕੋ ਸਮਝਾਉ ਯਾਰ ਅਸਾਂ ਠੀਕ ਹੈ ਅਸਾਂ ਸੁਲਹ ਨਹੀਂ ਕਰਵਾ ਸਕਦੇ ਯਾਰ ਸਾਡੀ ਕੋਈ ਔਕਾਤ ਸਾਡੀ ਕੋਈ ਹیثیت ਨਹੀਂ ਵੇਲਾ ਮੁੰਡਾ ਔਰ ਉਮਰ ਸ਼ੇਖ ਦੋਵੇਂ ਹੀ ਸਾਡੇ ਇੱਕ ਨੇ ਬਹਿ ਰਹੇ ਨੇ ਲੇਕਿਨ ਅਸੀਂ مشورہ دے ਸਕਦੇ ਹਾਂ ਯਾਰ ਉਹਨਾਂ ਕੋ ਕਮ ਸੇ ਕਮ ਸਮਝਾ ਸਕਦੇ ਹਾਂ ਕਿ ਯਾਰ ਤੁਸੀਂ ਜੇ ਰਹਿਣਾ ਮਿਹਰਬਾਨੀ ਕਰੋ ਤੁਸੀਂ ਆਪਾਤੇ ਵਿੱਚ ਇਤفاق ਰੱਖੋ ਔਰ ਇੱਕ ਦੂਜੇ ਕੋ ਜਰਾਣਾ سپورਟ ਕਰੋ ਤੇ ویਲਾ ਮੁੰਡਾ ਸਾਹਿਬ ਮੈਂ ਤੁਹਾਨੂੰ ਵੀ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਤੁਸੀਂ ਵੀ ਯਾਰ ਮਿਹਰਬਾਨੀ ਕਰੋ ਇੱਕ ਵੀਡੀਓ ਬਣਾਓ ਔਰ ਉਹ ਵੀਡੀਓ ਤੁਸੀਂ ਆਪਣੀ ਸਫਾਈ ਦੇ ਵਿੱਚ ਪੇਸ਼ ਕਰੋ ਇਹ ਹਵਾਲੇ ਨਾਲ ਕਿ ਕਿੰਨਾ ਇੱਕ ਤੁਹਾਡੇ ਉੱਤੇ ਜਿਹੜੇ ਇਲਜ਼ਾਮ ਆਤਨ ਕੀ ਇਹ درستਨ ਜਾਂ ਗਲਤਨ ਤੁਸਾਂ ਵੀ ਕੋਈ ਨਹੀਂ ਵੀਡੀਓ ਬਣਾਉ ਆਪੜੀ। ਔਰ ਇਹਨਾਂ ਯਾਰ ਗਾਲੀ ਕੋ ਮੌਕਾ ਹੋ ਯਾਰ ਇਹ ਛੋਟੇ ਮੋਟੇ ਗਾਲੀਆਂ ਨਹੀਂ ਇਹਨਾਂ ਗਾਲੀਆਂ ਨਾਲ ਕੁਝ ਨਹੀਂ ਮਿਲਦਾ ਤੇ ਮੈਂ ਤੇ ਕੋਈ ਗੱਲ ਕਰਨਾ ਜਿਲਾ ਬੇਲਾ ਮੁੰਡਾ ਔਰ ਸ਼ਹਾਜ਼ਾਦ ਮੀਆਂ ਮੇਡੀ ਅਗਰ ਵੀਡੀਓ ਤੇਰੇ ਤੱਕ ਪਹੁੰਚ ਵੀ ਨਹੀਂ ਨਾ ਤਾਂ ਮੇਡੀ ਵੀਡੀਓ ਸਿਰਫ ਸਿਰਫ ਤੇਰੇ ਵਾਸਤੇ ਅੱਜ ਪੈਗਾਮ ਹੈ। ਇੱਜ਼ਤ ਔਰ ਜ਼ਲਤ ਅੱਲਾਹ ਦੇ ਹੱਥੇ ਚਹੀ। ਇਨਸਾਨ ਕੋ ਅੱਲਾਹ ਪਾਕ ਜ਼ਰੂਰ ਇੱਕ ਦਫਾ ਮੌਕਾ ਦੇਂਦੇ। ਠੀਕ ਹੈ। ਇੱਜ਼ਤ ਜ਼ਰੂਰ ਇਨਸਾਨ ਕੋ ਦੇਂਦੇ। ਠੀਕ ਹੈ। ਔਰ ਉਹ ਇਨਸਾਨ ਦੇ ਆਪਣੇ ਉਤੇ ਡਿਪੈਂਡ ਕਰਦੇ ਕਿ ਉਹ ਇਨਸਾਨ ਆਪਣੇ ਵਾਸਤੇ ਇੱਜ਼ਤ ਨੂੰ ਐਂਡ ਟਾਈਮ ਤੱਕ ਬਰਕਰਾਰ ਰੱਖੇ ਜਾਂ ਚੰਦ ਲੰਮੇ ਕਿਤੇ ਬਰਕਰਾਰ ਰੱਖੇ ਲੇਕਿਨ ਇੱਕ ਤੇ ਕੋਈ ਦਸਾ ਦੇਵਾ ਜਿਸ ਟਾਈਮ ਕਈ ਬੰਦੇ ਦਾ ਇੱਜ਼ਤ ਵਕਾਰ ਖਰਾਬ ਥੀ ਵਜੇ ਨਾ ਤਾਂ ਦੁਬਾਰਾ ਉਹ ਮਕਾਮ ਨਹੀਂ ਮਿਲਦਾ ਇਹਦੇ ਚ ਕੋਈ ਸ਼ੱਕ ਨਹੀਂ ਤੇ ਮੇਰਾ ਯਾਰ ਆ ਮੈਂ ਤੇ ਵਾਦਾ ਪੀਆਂ ਤੇ ਬੜੀ ਮੁਸ਼ਕਲ ਕਟੀਏ ਕਾਫੀ ਟਾਈਮ ਤੋਂ ਤੈ ਮਿਹਨਤ ਕੀਤੀ ਏ ਕਾਫੀ ਅਰਸੇ ਤੋਂ ਤੈ ਮਿਹਨਤ ਕੀਤੀ ਅੱਲਾ ਪਾਕ ਨੇ ਤੇ ਕੋ ਅੱਜ ਤੇਰੀ ਮਿਹਨਤ ਤਸੱਲੀ ਦਿੱਤੇ ਠੀਕ ਏ اور اسلے کو ਆਪਣੇ ਕੋਲ ਸੰਭਾਲ ਕੇ رکھ ٹھیک ہے اور میں دیکھو ایک ਬਈ ਗੱਲ ਕਰਨਾ ਜੁਲਾ ਇਹ ਕੋਈ ਕੁਸ਼ਾਮਤ ਨਹੀਂ ਵੀ ਵਰ ਮੈਂ ਹਕੀਕਤ ਉਹ ਦੱਸੇਂਦਾ ਪੀਆ ਕਿ ਸਾਡੇ ਪੰਜਾਬ ਦਾ ਮਾਣ ਹੈ ਸਾਡੇ ਪੰਜਾਬ ਦੀ ਪਹਿਚਾਨ ਹੈ اور ਸਾਰੀ ਸਰਾਇਕੀ ਜ਼ਬਾਨ ਨੂੰ ਉਜਾਗਰ ਕਰਨ ਵਾਲਾ ਪਹਿਲੇ ਨੰਬਰ ਤੇ ਅਗਰ ਕੋਈ ਹੈ YouTube ਤੇ ਉਤੇ ਤਾਂ ਉਹ ਵਿਲਾ ਮੁੰਡਾ ਹੈ ਕਿ ਜੇ ਵਿਲਾ ਮੁੰਡਾ ਨੇ ਸਰਾਇਕੀ ਜ਼ਬਾਨ ਦੇ ਵਿੱਚ ਆ ਕੇ ਵੀਲੋਗਿੰਗ ਸ਼ੁਰੂ ਕੀਤੀ ਹੈ ਵੀਡੀਓ ਬਣਾਉਣਾ ਸ਼ੁਰੂ ਕੀਤੇ ਹਨ اور یوٹیوب تے حالانکہ تساں اگر کیٹیگری چلی ونجا نا تے سارے زبان ہیں سرائیکی زبان تاپ شنی کوئی نہیں ٹھیک ہے اور سرائیکی زبان کوئی نہیں زبان کو بھی ویلا منڈے نے آ کے پروموٹ کیتے اور اساں بعد وچ بہت سارے لوگ ہیں جننا کو بعد پتہ لگے کہ یوٹیوب کیا ہوندی ہے سرائیکی کو اور بعد پتہ لگے کہ ویلوگنگ کیا ہوندی ہے سب تو پہلے تا ویلا منڈا کو میں اس چیز دا تجھ رہنا سلام پیش کریں نا کہ تے بڑی محنت کیتی ہے اور دوسری ਗੱਲ ਹੈ ਕਿ ਵੇਲਾ ਮੁੰਡਾ ਸਾਹਿਬ ਮੈਂ ਤੁਹਾਨੂੰ ਇੱਕ ਬਈਆ ਵੀ ਖਾਸ ਤੌਰ ਤੇ ਉਤੇ ਮੇ ਕੁਝ ਰੀਅਕਟ ਚੀਜ਼ ਮਹਿਸੂਸ ਸਈਏ ਮੈਂ ਤੁਹਾਨੂੰ ਸੈਨਾ ਜੁਲਾ ਕਿ ਯਾਰ ਜਿਵੇਂ ਹੋਰ ਤੇਰੀ ਸ਼ਾਦੀ ਤਈਏ ਤੇਰੀ ਸ਼ਾਦੀ ਉਤੇ ਕਾਫੀ ਸਾਰੇ ਲੋਕਾਂ ਦੇ ਮੂੰਹ ਸੁਣੇ ਸੀ ਕਿ ਯਾਰ ਵੇਲਾ ਮੁੰਡਾ ਨੇ ਅੱਛਾ ਨਹੀਂ ਕੀਤਾ ਯਾਰ ਵੇਲਾ ਮੁੰਡਾ ਸਾਡੇ ਨਾਲ ਇਹੀ ਕੀਤੇ ਵੇਲਾ ਮੁੰਡੇ ਉਹ ਕੀਤੇ ਔਰ ਇੱਕ ਫਿਆਸਰੇ ਕੀ ਉਹ ਫਿਆਸਰੇ ਕੀ ਤਾਂ ਮੈਂ ਵਲੌਗ ਦੀ ਟੀਮ ਹੀ ਉਹ ਵਲੌਗ ਦੇ ਵਿੱਚ ਆਦੇ ਕਿ ਯਾਰ ਮੈਂ ਸਾਈਕਲ ਦੇ ਉਤੇ ਸਫਰ ਕਰਕੇ ਤੇ ਵੇਲਾ ਮੁੰਡਾ ਦੀ ਸ਼ਾਦੀ ਚ ਗਿਆ ਔਰ ਵੇਲਾ ਮੁੰਡਾ ਨੇ ਮੇਰੇ ਨਾਲ ਅੱਛਾ ਸਲੋਕ ਨਹੀਂ ਕੀਤਾ ਭਾਈ ਅੱਛਾ ਸਲੋਕ ਕਾ ਨਹੀਂ ਕੀਤਾ ਵੀ ਮੈਂ ਉਥਾਂ ਵੀਡੀਓ ਕਵਰ ਕਰਨ ਦਾ ਪਿਆ ਮੈਂ ਤੇ ਮੈਂ ਹਾਲ ਚ ਗਿਆ ਤੇ ਮੈਂ ਵੀਡੀਓ ਬਣਾਈਏ ਤੇ ਵੇਲਾ ਮੁੰਡਾ ਦਾ ਗਾਰਡ ਆ ਗਏ ਵੇਲੇ ਮੁੰਡੇ ਦੇ ਗਾਰਡ ਨੇ ਆ ਕੇ ਮੇਰੇ ਕਿਨੇ ਮੇਰਾ ਮੋਬਾਈਲ ਖਸ ਗਏ ਤੇ ਔਰ ਮੋਬਾਈਲ ਤੋੜਨ ਭੰਨਣ ਪੈ ਗਏ ਔਰ ਮੇਰੇ ਵੀਡੀਓ ਤੇ ਮੇਰੇ ਉਹ ਕਵਰੇਜ ਜੋ ਮੈਂ ਕੀਤੀ ਫੋਟੋ ਵਗੈਰਾ ਹਨ ਉਹ ਸਾਰੇ ਉਹਨੇ ਵੇਲਾ ਮੁੰਡੇ ਦੇ ਗਾਰਡ ਨੇ ਡਿਲੀਟ ਕਰ ਦਿੱਤੇ ਤਾਂ ਇਹ ਚੀਜ਼ ਜਿਵੇਂ ਮੈਂ ਸੁਣੀ ਤੇ ਮੈਂ ਵੀ ਦਿਲੇ ਸੋਚੇ ਕਿ ਯਾਰ ਇਹ ਉਹਦੇ ਨਾਲ ਅੱਛਾ ਨਹੀਂ ਥੀ ਆ ਵੇਲੇ ਮੁੰਡੇ ਦੇ ਗਾਰਡ ਨੂੰ ਨਾ ਚਾਹੀਦਾ ਕਿ ਇਹ ਮੈਂ ਨਾ ਕਰਿਆ ਠੀਕ ਹੈ ਕੋਈ ਛੋਟਾ ਫਨਕਾਰ ਹੈ ਜਾਂ ਵੱਡਾ ਫਨਕਾਰ ਹੈ ਉਹ ਖੁਸ਼ੀ ਕਰਕੇ ਗਏ ਠੀਕ ਹੈ ਤਾਂ ਵੇਲਾ ਮੁੰਡਾ ਤੇਰੀ ਮੁਹੱਬਤ ਹੈ ਠੀਕ ਹੈ ਤਾਂ ਉਹ ਜੀ ਗਾਲੇ ਕਿਤੇ ਤੇ ਕੋਈ ਘਰ ਲੰਘਾਵੇ ਤੇ ਤੇ ਕੋਈ ਬੂਹੇ ਤੇ ਲੰਘਾਵੇ ਤਾਂ ਵੇਲਾ ਮੁੰਡਾ ਸਾਹਿਬ ਮਿਹਰਬਾਨੀ ਕੀਤੀ ਕਰ ਤੂੰ ਸਾਡਾ ਹੈਡਿੰਗ ਠੀਕ ਹੈ ਤੂੰ ਸਾਡਾ ਉਸਤਾਦ ਵੀ ਹੈ ਤੂੰ ਸਾਡਾ ਹੈਡਿੰਗ ਠੀਕ ਹੈ ਔਰ ਉਸਤਾਦ ਉਸਤਾਦ ਉਹਨਾਂ ਤੇ ਕੁਝ ਤਾਂ ਚਾਹੀਦਾ ਹੈ ਕਿ ਤੂੰ ਦਾ ਇੱਕ ਯਕੀਨ ਕਰੇ ਸਹੀਂ ਕਿ ਅੱਲਾ ਪਾਕ ਨੇ ਤੇ ਕੁਝ ਰਹਾ ਮਕਾਮ ਦਿੱਤੇ ਨਾ ਤੂੰ ਕੁਝ ਵੀ ਨਾ ਕਰੇ ਨਾ ਤੂੰ ਇੱਕ ਦਫ਼ਤਰ ਬਣਾ ਕੇ ਬੈ ਵੰਜੇ ਨਾ ਤਾਂ ਤੂੰ ਛੋਟੇ ਮੋਟੇ ਯੂਟਿਊਬਰਾਂ ਦੇ ਮਸਲੇ ਵੀ ਸੁਲਝਾਵੇਂ ਨਾ ਠੀਕ ਹੈ ਤੂੰ ਪੈਸੇ ਕਮਾ ਲੈ ਮਸਲਾ ਕਹਿ ਨਹੀਂ ਤੂੰ ਠੀਕ ਹੈ ਕੋਈ ਬੰਦਾ ਕੰਮ ਕਰੇਂਦੇ ਉਹਦੀ ਮਿਹਨਤ ਮਿਲਣੀ ਚਾਹੀਦੀ ਏ ਤੂੰ ਬਿਲੇ ਸ਼ੱਕ ਪੈਸੇ ਗਿਨ ਗਿਨ ਹਰ ਯੂਟਿਊਬਰ ਪੈਸੇ ਗਿੰਦੇ ਏ ਕਿ ਤੂੰ ਨੇ ਗਿੰਦਾ ਹਰ ਬੰਦਾ ਪੈਸੇ ਗਿੰਦੇ ਠੀਕ ਹੈ ਤਾਂ ਇਹਦੇ ਕੋਈ ਗਲਤ ਗੱਲ ਨਹੀਂ ਤੂੰ ਬਿਲੇ ਸ਼ੱਕ ਪੈਸੇ ਗਿਨ ਲੈ ਕੇ ਨ ਇੱਕ ਬੰਦਾ ਤੇਰੇ ਕੋਲ ਆਂਦੇ ਉਹ ਬੰਦੇ ਦਾ ਮਸਲਾ ਸੁਣ ਉਹ ਬੰਦੇ ਦਾ ਮਸਲਾ ਹੱਲ ਕਰ ਠੀਕ ਹੈ ਇੱਕ ਅਲੱਪਾਗ ਨੇ ਤੇ ਕੋ ਇਲਮ ਦਿੱਤੇ ਉਹ ਇਲਮ ਕੋ ਬੰਦਾ ਉਹ ਕੋ ਤਕਸੀਮ ਕਰਗਾ ਨਾ ਕਿ ਤੂੰ ਛੋਟੇ ਯੂਟਿਊਬਰਾਂ ਕਰੇ ਨਫ਼ਰਤ ਕਰ ਠੀਕ ਹੈ ਤਾਂ ਮੈਂ ਤੇ ਕੋ ਇਹ ਯਾਦ ਜੁਲਸਾ ਬਿਲੇ ਮੁੰਡਾ ਸਾਹਿਬ